ਮੈਨੂੰ ਉਹ ਧਰਮ ਪਸੰਦ ਹੈ ਜੋ ਆਜ਼ਾਦੀ ਸਮਾਨਤਾ ਅਤੇ ਭਾਈਚਾਰੇ ਦੀ ਸਿੱਖਿਆ ਦਿੰਦਾ ਹੈ। ਇਤਿਹਾਸ ਦੱਸਦਾ ਹੈ ਕਿ ਜਿੱਥੇ ਨੈਤਿਕਤਾ ਅਤੇ ਅਰਥ ਸ਼ਾਸਤਰ ਦਾ ਟਕਰਾਅ ਹੁੰਦਾ ਹੈ ਉੱਥੇ ਜਿੱਤ ਹਮੇਸ਼ਾ ਅਰਥ ਸ਼ਾਸਤਰ ਦੀ ਹੀ ਹੁੰਦੀ ਹੈ। ਸਵਾਰਥੀ ਹਿੱਤਾਂ ਨੂੰ ਕਦੇ ਵੀ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਵੰਡਣ ਲਈ ਨਹੀਂ ਜਾਣਿਆ ਜਾਂਦਾ ਜਦੋਂ ਤੱਕ ਉਹਨਾਂ ਨੂੰ ਮਜਬੂਰ ਕਰਨ ਲਈ ਲੋੜੀਂਦੀ ਤਾਕਤ ਨਾ ਹੋਵੇ। ਜੇਕਰ ਮੈਨੂੰ ਲੱਗਦਾ ਹੈ ਕਿ ਸੰਵਿਧਾਨ ਦੀ ਦੁਰਵਰਤੋਂ ਹੋ ਰਹੀ ਹੈ ਤਾਂ ਮੈਂ ਇਸ ਨੂੰ ਸਾੜਨ ਵਾਲਾ ਸਭ ਤੋਂ ਪਹਿਲਾ ਵਿਅਕਤੀ ਹੋਵਾਂਗਾ। ਮਨ ਦੀ ਖੇਤੀ ਮਨੁੱਖੀ ਹੋਂਦ ਦਾ ਅੰਤਮ ਉਦੇਸ਼ ਹੋਣਾ ਚਾਹੀਦਾ ਹੈ। ਉਹ ਇਤਿਹਾਸ ਨਹੀਂ ਬਣਾ ਸਕਦੇ ਜੋ ਇਤਿਹਾਸ ਨੂੰ ਭੁੱਲ ਜਾਂਦੇ ਹਨ। ਧਰਮ ਮਨੁੱਖ ਲਈ ਹੈ, ਨਾ ਕਿ ਮਨੁੱਖ ਧਰਮ ਲਈ। ਅਮਨ ਤੇ ਕਾਨੂੰਨ ਰਾਜਨੀਤਿਕ ਸੰਸਥਾ ਦੀ ਦਵਾਈ ਹੈ ਅਤੇ ਜਦੋਂ ਰਾਜਨੀਤਿਕ ਸੰਸਥਾ ਬਿਮਾਰ ਹੋ ਜਾਂਦੀ ਹੈ ਤਾਂ ਦਵਾਈ ਦੇਣੀ ਚਾਹੀਦੀ ਹੈ। ਉਦਾਸੀਨਤਾ ਸਭ ਤੋਂ ਭੈੜੀ ਕਿਸਮ ਦੀ ਬਿਮਾਰੀ ਹੈ ਜੋ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੱਕ ਸੁਰੱਖਿਅਤ ਫੌਜ ਇੱਕ ਸੁਰੱਖਿਅਤ ਸਰਹੱਦ ਨਾਲੋਂ ਬਿਹਤਰ ਹੈ। ਬਲੀ ਲਈ ਬੱਕਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਨਾ ਕਿ ਸ਼ੇਰਾਂ ਦੀ। ਜੇਕਰ ਤੁਸੀਂ ਇੱਕ ਸਨਮਾਨਜਨਕ ਜੀਵਨ ਜਿਉਣ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਸਵੈ ਸਹਾਇਤਾ ਵਿੱਚ ਵਿਸ਼ਵਾਸ ਕਰਦੇ ਹੋ, ਜੋ ਸਭ ਤੋਂ ਵਧੀਆ ਮਦਦ ਹੈ। ਸੰਵਿਧਾਨ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਜੇਕਰ ਇਸ ਨੂੰ ਲਾਗੂ ਕਰਨ ਵਾਲੇ ਚੰਗੇ ਨਹੀਂ ਹਨ ਤਾਂ ਇਹ ਮਾੜਾ ਹੀ ਸਾਬਤ ਹੋਵੇਗਾ। ਵੀਡੀਓ ਨੂੰ ਦੇਖਣ ਲਈ ਧੰਨਵਾਦ। ਇਸ ਤਰ੍ਹਾਂ ਦੇ ਹੋਰ ਉੱਚ ਵਿਚਾਰਾਂ ਨੂੰ ਸੁਣਨ ਲਈ ਚੈਨਲ ਨੂੰ ਰੈਡ ਬਟਨ ਦੱਬ ਕੇ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਅੰਗੂਠੇ ਦੇ ਉੱਤੇ ਕਲਿੱਕ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ। ਆਪਣੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਸ਼ੇਅਰ ਤੇ ਤੁਸੀਂ ਕਰਨੀ ਹੀ ਕਰਨੀ ਹੈ।